हाँ जी, वाहिगुरु जी का खालसा, वाहिगुरु जी की फतेह। लवी पंजाबीओ, अज तो मान साहब ने स्वाद ही लियाता, सिरा कराता अज मान साहब ने। पर बशर्ते गल यह है कि मान साहब इस गल दे उत्ते खड़े रहन, भज ना जान। हुण पहला गल सुन लो, गल की आ, फिर आपां गलबात करदे आं। मान साहब ने अज एक चुनौती दित्ती है, अज एक डेढ़ घंटा पहला मान साहब ने एक ट्वीट किया, एक अपनी फेसबुक के उत्ते लिखिया। सतौज वाले महाराज पंजाब के मुख्यमंत्री मान साहब लिखते हैं कि मेरा भाजपा प्रधान जाखड़ जी, अकाली दल के सुखबीर सिंह बादल, कांग्रेस के राजा वड़ेंग प्रताप बाजवा जी नूं खुला सद्दा है। कहिंदे रोज़ रोज़ की किच किच नालों आपां पंजाबियां अते मीडिया सामने बैठ के पंजाब नूं हुण तक किहने ते किवें लुटिया। भाई भतीजे साले जीजे मित्र मलाजे टोल पलाजे, जवानी किसानी व्यापार दुकानदार गुरुआं दी बाणी नहरां दा पाणी, सब मुद्दियां ते बहस कर गए। अगे लिखदा मान साहब, कहिंदे तुसीं अपने नाल कागज़ लिया सकदे हो पर मैं मूँह जबानी बोलांगा। 1 नवंबर जिद्दे पंजाब दिहाड़ा हुंदा, जिद्दे पंजाब वड्या टुक्किया गया सी 1 नवंबर 1966 नूं, इन्हां ने उह दिन रख्या कि 1 नवंबर नूं आपां इह दिन ठीक रहूगा, तुहानूं कहिंदे तैयारी करन दा वी समां मिल जूगा। ते मेरी पूरी तैयारी है, कहिंदे क्योंकि सच बोलण वाले नूं रट्टे लाउण दी लोड़ नहीं पैंदी। समान साहब, हुण स्वाद आ गया गल दा। तुसीं चैलेंज करता, चुनौती देती है इत्थे सारे ਵੜਿੰਗਾਂ ਨੂੰ, ਬਾਦਲਾਂ ਨੂੰ, ਬੀਜੇਪੀ ਵਾਲਿਆਂ ਨੂੰ, ਬਾਜਪਿਆਂ ਨੂੰ, ਸਭ ਨੂੰ ਚੁਣੌਤੀ ਦਿੱਤੀ ਵੀ ਆ ਜਾਓ ਮਿੱਤਰੋ, ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਕਿਹਨੇ ਕਿਹਨੇ ਪੰਜਾਬ ਕਿਵੇਂ ਕਿਵੇਂ ਲੁੱਟਿਆ। ਮਾਨ ਸਾਹਿਬ, ਮੈਂ ਵੀ ਇੱਕ ਨਵਾਣਾ ਜਿਹਾ ਪੰਜਾਬ ਦਾ ਬੰਦਾ ਅਤੇ ਹਮੇਸ਼ਾ ਪੰਜਾਬ ਪੰਜਾਬੀਅਤ ਦੀ ਖੈਰ ਮੰਗਦਾ, ਦੁਆ ਮੰਗਦਾ, ਉਧਰੀ ਲੜ ਵੀ ਰਿਹਾ ਅਤੇ ਲੜੂੰਗਾ ਵੀ ਆਖਰੀ ਸਾਹ ਤੱਕ ਲੜੂੰਗਾ। ਦੇਖੋ ਮਾਨ ਸਾਹਿਬ, ਮੈਨੂੰ ਇਹ ਤਾਂ ਨਹੀਂ ਪਤਾ ਕਿ ਜਿਹੜੇ ਇਹ ਠੱਗ ਚੋਰ ਲੁਟੇਰੇ ਇਕੱਠੇ ਹੋਏ ਆ, ਬਾਦਲ ਹੋਣ, ਕਾਂਗਰਸੀ ਹੋਣ, ਬੀਜੇਪੀ ਵਾਲੇ ਹੋਣ, ਇਹ ਤੇਰੀ ਗੱਲ ਨੂੰ ਕਬੂਲਣਗੇ, ਤੇਰੀ ਚੁਣੌਤੀ ਨੂੰ, ਜਾਂ ਨਹੀਂ ਕਬੂਲਣਗੇ। ਪਰ ਤੈਨੂੰ ਮੈਂ ਹਿੱਕ ਠੋਕ ਕੇ ਕਹਿਣਾ, ਤੈਨੂੰ ਹਿੱਕ ਠੋਕ ਕੇ ਆ ਕਹਿਣਾ, ਲੈ ਮੈਂ ਇੱਕ ਪਿਓ ਦਾ ਨਹੀਂ ਹੋਊਂਗਾ, ਮੈਂ ਤੇਰੇ ਨਾਲ ਇਹ ਤੇਰੀ ਚੁਣੌਤੀ ਨੂੰ ਕਬੂਲ ਕਰਦਾ ਹੋਇਆ ਤੇਰੀ ਬਹਿਸ ਦੇ ਵਿੱਚ ਬੈਠੂੰਗਾ। ਸਮਾਂ ਵੀ ਤੇਰਾ, ਜਗ੍ਹਾ ਵੀ ਤੇਰੀ, ਕੋਈ 1 ਨਵੰਬਰ ਦੀ ਲੋੜ ਨਹੀਂ, ਕੋਈ ਮੈਨੂੰ ਤੇਰੀ ਲੋੜ ਨਹੀਂ, ਭਾਵੇਂ ਕੱਲ੍ਹ ਨੂੰ ਹਾਕ ਮਾਰ ਲਾ, ਤੇਰੇ ਕੋਲ ਨੰਬਰ ਮੇਰਾ ਹੈਗਾ, ਫੋਨ ਕਰ ਲਾ, ਚਾਹੇ ਖੁੱਲ੍ਹੀ ਚੁਣੌਤੀ ਦੇ ਦੇ, ਮੀਡੀਆ ਦੇ ਪਾ ਦੇ, ਮੈਂ ਉੱਥੇ ਪਹੁੰਚ ਜੂੰਗਾ ਜਿੱਥੇ ਤੂੰ ਸੱਦੇਂਗਾ। ਮੀਡੀਆ ਵੀ ਤੇਰਾ ਜਿਹੜਾ ਆਹ ਕੌਲੀ ਚੱਟ ਜੁੱਤੀ ਚੱਟ ਮੀਡੀਆ ਜਿਹੜਾ ਤੂੰ ਖਰੀਦਿਆ ਹੋਇਆ ਤੇਰਾ ਮੀਡੀਆ, ਕਈ ਕਰੋੜਾਂ ਰੁਪਇਆ ਲਾ ਕੇ, ਉਹੀ ਤੇਰਾ ਮੀਡੀਆ ਤੂੰ ਬਿਠਾ ਲਈ, ਜਿਹੜਾ ਜੀ ਕਰੂ ਉਹ ਤੇਰਾ ਮੀਡੀਆ ਬਿਠਾ ਲਈ, ਤੇਰੀ ਜਗ੍ਹਾ, ਤੇਰਾ ਸਮਾਂ, ਤੇਰੀ ਗੱਲ, ਤੇਰੀ ਬਾਤ। ਤੂੰ ਮੈਨੂੰ ਹਜ਼ਾਰ ਸਵਾਲ ਪੁੱਛੀ, ਹਜ਼ਾਰ ਸਵਾਲ, ਮੈਂ ਤੇਰੇ ਹਰ ਸਵਾਲ ਦਾ ਜਵਾਬ ਨਾ ਦਿੱਤਾ, ਗੱਲਾਂ ਨੂੰ ਗੋਲ ਮੋਲ ਕੀਤਾ, ਗੱਲਾਂ ਨੂੰ ਇੱਧਰ ਉੱਧਰ ਘੁਮਾਇਆ, ਤਾਂ ਮੈਨੂੰ ਨੀਵੇਂ ਥਾਂ ਬਹਾ ਦੀ, ਮੇਰੇ ਹਾਰ ਗੱਲ 'ਚ ਭਾਵੇਂ ਜੁੱਤੀਆਂ ਦਾ ਪਾਕਿਟ ਤੋੜ ਦੀ। ਤੈਨੂੰ ਮੈਂ ਸਿਰਫ ਅਤੇ ਸਿਰਫ ਤੇਰੀ ਨਿੱਜੀ ਜ਼ਿੰਦਗੀ ਨਾਲ ਕੋਈ ਸਵਾਲ ਨਹੀਂ, ਤੂੰ 1 ਵਿਆਹ ਕੀਤੇ ਆ, 2 ਕੀਤੇ ਆ, 4 ਕੀਤੇ ਆ, ਕੋਈ ਮੇਰਾ ਲੈਣਾ ਦੇਣਾ ਨਹੀਂ ਤੇਰੀ, ਤੂੰ ਦਾਰੂ ਪੀਂਦਾ ਨਹੀਂ ਪੀਂਦਾ, ਤੂੰ ਆਪਣੀ ਬੇਬੇ ਦੀ ਸਹੁੰ ਝੂਠੀ ਖਾਧੀ ਸੱਚੀ ਖਾਧੀ, ਮੈਂ ਕੋਈ ਇਹਨਾਂ ਗੱਲਾਂ ਤੋਂ ਲੈਣਾ ਦੇਣਾ ਨਹੀਂ ਆ। ਮੈਂ ਮੇਰਾ ਮਸਲਾ ਤੇਰੇ ਨਾਲ ਪੰਜਾਬ ਨੂੰ ਲੈ ਕੇ ਹੋਣਾ, ਪੰਜਾਬ ਨੂੰ ਲੈ ਕੇ ਮੇਰਾ ਮਸਲਾ ਹੋਣਾ, ਜਿਹੜੀ ਤੇਰੀ 18-19 ਮਹੀਨਿਆਂ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ, ਇਹਨਾਂ 18-19 ਮਹੀਨਿਆਂ ਦੇ ਵਿੱਚ ਜੋ ਜੋ ਤੂੰ ਪੰਜਾਬ ਨਾਲ ਕੀਤਾ, ਤੈਨੂੰ ਸਿਰਫ ਅਤੇ ਸਿਰਫ ਮੈਂ 11 ਸਵਾਲ ਪੁੱਛਣੇ ਆ। 11 ਕਿੰਨੇ? 11 11 ਸਵਾਲ ਪੁੱਛਣੇ ਆ, 12ਵਾਂ ਸਵਾਲ ਨਹੀਂ ਪੁੱਛਦਾ। ਜੇ 11 ਸਵਾਲਾਂ ਦੇ ਵਿੱਚੋਂ ਜੋ ਪੰਜਾਬ ਨਾਲ ਸੰਬੰਧਿਤ ਹੋਣੇ ਆ, ਪੰਜਾਬ ਦੇ ਮੁੱਦਿਆਂ ਨਾਲ, ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਜਵਾਨੀ ਨਾਲ, ਪੰਜਾਬ ਦੀ ਕਿਸਾਨੀ ਨਾਲ, ਜਿਵੇਂ ਤੂੰ ਲਿਖਿਆ, ਪੰਜਾਬ ਦੀ, ਪੰਜਾਬ ਦੇ ਪਾਣੀਆਂ ਨਾਲ, ਪੰਜਾਬੀ ਬੋਲੀ ਨਾਲ, ਬਾਣੀ ਨਾਲ, ਪੰਜਾਬ ਦੇ ਮਸਲਿਆਂ ਨਾਲ ਸੰਬੰਧਿਤ ਹੋਣੇ ਆ, ਤੈਨੂੰ ਮੈਂ 11 ਸਵਾਲ ਪੁੱਛੂੰਗਾ।
ਤੂੰ 11 ਸਵਾਲਾਂ ਦੇ ਵਿੱਚੋਂ ਮੇਰੇ ਇੱਕ ਵੀ ਸਵਾਲ ਦਾ ਜਵਾਬ ਸਹੀ ਦੇ ਜੇ ਬਿਨਾਂ ਇੱਧਰ ਉੱਧਰ ਗੱਲਾਂ ਤੋਂ ਘੁਮਾਏ ਤੋਂ, ਕਿਉਂਕਿ ਗੱਲਾਂ ਦਾ ਕੜਾਹ ਤੈਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ, ਗੱਲਾਂ ਤੋਂ ਬਹੁਤ ਸੋਹਣੀਆਂ ਲੋਕਾਂ ਨੂੰ ਗੁੰਮਰਾਹ ਕਰ ਲੈਣਾ ਗੱਲਾਂ ਦੇ ਨਾਲ, ਗੱਲਾਂ ਦਾ ਜਾਲ ਬੁਣ ਕੇ, ਪਰ ਤੂੰ ਗੱਲਾਂ ਨੂੰ ਇੱਧਰ ਉੱਧਰ ਘੁਮਾਏ ਗੋਲ ਗਾਲ ਕੀਤੇ ਤੋਂ ਬਿਨਾਂ ਗੱਲਾਂ ਮੇਰੀ ਇੱਕ ਵੀ ਗੱਲ ਦਾ ਜਵਾਬ ਦੇ ਜੀ। ਕੋਈ ਮੈਂ ਹਵਾ 'ਚ ਨਹੀਂ ਗੱਲਾਂ ਕਰਦਾ ਵੀ ਇੱਧਰੋਂ ਫੜ ਲਈ, ਉੱਧਰੋਂ ਫੜ ਲਈ, ਆਹ ਛੱਡਤੀ, ਆਹ ਛੱਡਤੀ। ਤੱਥ ਰੱਖੂੰਗਾ, ਸਬੂਤ ਰੱਖੂੰਗਾ, ਜੋ ਜੋ ਤੇਰੇ ਇਹਨਾਂ 18-19 ਮਹੀਨਿਆਂ ਦੀ ਸਰਕਾਰ ਦੇ ਵਿੱਚ ਤੇਰੀ ਕਾਰਗੁਜ਼ਾਰੀ ਰਹੀ ਆ, ਤੂੰ ਇੱਕ ਵੀ ਗੱਲ ਦਾ ਮੇਰਾ ਸਹੀ ਜਵਾਬ ਦੇ ਜਾਏਗਾ ਨਾ, ਤਾਂ ਮੈਂ ਤੇਰੇ ਪੈਰੀਂ ਹੱਥ ਲਾ ਕੇ ਤੈਨੂੰ ਇੱਕ ਹੋਰ ਗੱਲ ਮੈਂ ਕਹਿਣਾ, ਮੈਂ ਤੇਰੇ ਪੈਰੀਂ ਹੱਥ ਲਾ ਕੇ ਉੱਥੋਂ ਉੱਠੂੰਗਾ ਵੀ ਮਾਨ ਸਾਹਿਬ, ਅੱਜ ਤੋਂ ਬਾਅਦ ਨਾ ਮੈਂ ਤੇਰੇ ਕਦੇ ਖਿਲਾਫ਼ ਬੋਲਾਂ, ਅਤੇ ਅੱਜ ਤੋਂ ਬਾਅਦ ਮੈਂ ਸਿਆਸਤ ਨੂੰ ਵੀ ਸਦਾ ਲਈ ਛੱਡਤਾ। ਇਹ ਲੈ, ਮੈਂ ਤੈਨੂੰ ਇਹ ਚੁਣੌਤੀ ਦਿੰਦਾ, ਤੇਰਾ ਚੈਲੰਜ ਕਬੂਲ ਕੀਤਾ ਅਤੇ ਤੈਨੂੰ ਇਹ ਚੈਲੰਜ ਦਿੰਦਾ, ਤੂੰ ਮੇਰੇ ਨਾਲ ਇਹ ਮੇਰੇ 11 ਸਵਾਲ, ਸਿਰਫ ਅੱਧੇ ਮਿੰਟ ਦਾ ਮੇਰਾ ਸਵਾਲ ਹੋਣਾ, 11 ਸਵਾਲਾਂ ਦਾ ਮੇਰਾ ਕਿੰਨਾ ਟਾਈਮ ਲੱਗਣਾ, 5.5 ਮਿੰਟ, 5.5 ਮਿੰਟ ਤੈਨੂੰ ਸਵਾਲ ਪੁੱਛਣੇ ਆ, ਤੂੰ ਭਾਵੇਂ ਮੈਥੋਂ ਸਾਰਾ ਦਿਨ ਪੁੱਛੀ ਜਾਈ ਤੇਰਾ ਜਵਾਬ ਦੇਊਂਗਾ। 5.5 ਮਿੰਟਾਂ ਦੇ ਸਵਾਲਾਂ ਦੇ ਜਵਾਬ ਤੈਨੂੰ ਮੈਂ ਪੂਰਾ ਦੇਣ ਨਹੀਂ, ਤੈਨੂੰ 2 ਦਿਨ 4 ਦਿਨ ਜਿੰਨੇ ਦਿਨ ਵੀ ਤੂੰ ਲੈਣੇ ਹੋਣਗੇ ਤੇਰੀ ਇੱਛਾ ਹੈ, ਉਨੇ ਦਿਨ ਲੈਣੀ ਮੈਨੂੰ 5.5 ਮਿੰਟਾਂ ਦੇ ਮੇਰੇ 11 ਸਵਾਲਾਂ ਦੇ ਜਵਾਬ ਦੇ ਕੇ ਉੱਠ ਖੜੀ ਅਤੇ ਤੇਰੇ ਪੈਰੀਆਂ ਹੱਥ ਲਾ ਕੇ ਨਾ ਉੱਠਿਆ ਮੇਰੇ ਪਿਓ ਦਾ ਨਹੀਂ ਹੈਗਾ ਵੀ ਹਾਂ ਮਾਨਾ ਤੂੰ ਵਾਕਈ ਸੱਚਾ, ਤੂੰ ਵਾਕਈ ਦਰਦ ਰੱਖਦਾ ਪੰਜਾਬ ਦਾ, ਤੂੰ ਵਾਕਈ ਇਮਾਨਦਾਰ ਹੈ ਪੰਜਾਬ ਪ੍ਰਤੀ, ਤੂੰ ਵਫ਼ਾਦਾਰ ਆ, ਅਤੇ ਨਹੀਂ ਇਹ ਗੱਲਾਂ ਦਾ ਕੜਾਹ ਮਿੱਤਰਾ ਬਣਾਉਣਾ ਛੱਡ ਦੇ, ਕਿਉਂਕਿ ਚੋਰ ਨੇ ਇਹਨਾਂ ਨੇ ਤੇਰੀ, ਕਿਸੇ ਚੋਰ ਲਟੇਰੇ ਨੇ, ਕਿਸੇ ਬੜਿੰਗ ਤੜਿੰਗ ਨੇ, ਕਿਸੇ ਬਾਜਵੇ ਨੇ, ਕਿਸੇ ਤੇਰੇ ਬਾਦਲ ਨੇ, ਕਿਸੇ ਤੇਰੇ ਦੂਜੇ ਤੀਜੇ ਨੇ ਤੇਰੀ ਚੁਣੌਤੀ ਕਬੂਲ ਨਹੀਂ ਕਰਨੀ, ਇਹ ਤੈਨੂੰ ਵੀ ਪਤਾ ਹੈ, ਤੂੰ ਇਸੇ ਕਰਕੇ ਵਾਰ ਵਾਰ ਇਹਨਾਂ ਦੇ ਉੱਤੇ ਉਂਗਲਾਂ ਖੜੀਆਂ ਕਰਦਾ, ਤੈਨੂੰ ਪਤਾ ਚੋਰ ਹੈ ਲਟੇਰੇ ਹੈ, ਜੇ ਚੋਰ ਸੀ, ਠੱਗ ਸੀ, ਲਟੇਰੇ ਸੀ, ਬੇਈਮਾਨ ਸੀ, ਗਦਾਰੀ ਕੀਤੀ ਪੰਜਾਬ ਨਾਲ, ਤਾਂ ਹੀ ਤਾਂ ਇਹਨਾਂ ਨੂੰ ਨਕਾਰ ਕੇ ਲੋਕਾਂ ਨੇ ਤੈਨੂੰ ਲਿਆਂਦਾ, ਇਹ ਤਾਂ ਤੈਨੂੰ ਵੀ ਪਤਾ ਕਿ ਇਹਨਾਂ ਕੋਲ ਤੇਰੇ ਸਵਾਲਾਂ ਦੇ ਜਵਾਬ ਹੈ ਨਹੀਂ, ਪਰ ਮਿੱਤਰਾ ਸਵਾਲ ਦਾ ਜਵਾਬ ਸਾਡੇ ਦਾ ਵੀ ਤੇਰੇ ਕੋਲ ਹੈ ਨਹੀਂ। ਤੇਰੇ ਭਗਤਾਂ ਨੇ ਹੁਣ ਇੱਕ ਹੋਰ ਗੱਲ ਕਹਿਣੀ ਆ ਕਿ ਤੂੰ ਕੌਣ ਹੁੰਦਾ ਜੀ ਸਵਾਲ ਪੁੱਛਣ ਵਾਲਾ, ਮਾਨ ਸਾਹਿਬ ਸਤੌਜ ਵਾਲੇ ਮਹਾਰਾਜ ਜੀ ਭਗਤੋ, ਇਹ ਸੋਡੇ ਸਤੌਜ ਵਾਲੇ ਨਹੀਂ ਕਹਿੰਦੇ ਹੁੰਦੇ ਸੀ ਸਟੇਜਾਂ 'ਤੇ ਖੜ੍ਹ ਕੇ ਕਿ ਅਸੀਂ ਲੋਕਾਂ ਨੂੰ ਸਵਾਲ ਪੁੱਛਣ ਵਾਲੇ ਬਣਾਇਆ, ਜਵਾਬ ਮੰਗਣ ਵਾਲੇ ਬਣਾਇਆ, ਸਰਕਾਰ ਦੀ ਜਵਾਬਦੇਹੀ ਚਾਹੀਦੀ ਆ, ਪਾਰਦਰਸ਼ਤਾ ਚਾਹੀਦੀ ਆ, ਸਰਕਾਰ ਨੂੰ ਹਰ ਸਵਾਲ ਦਾ ਜਵਾਬ ਦੇਣਾ ਚਾਹੀਦਾ ਹਿੱਕ ਠੋਕ ਕੇ। ਸੋ ਉਸ ਦੇ ਨਾਤੇ ਮੈਂ ਇੱਕ ਆਮ ਜਿਹਾ ਪੰਜਾਬ ਦਾ ਮੁੰਡਾ, ਨੌਜਵਾਨ, ਆਮ ਪੰਜਾਬ ਦਾ ਬੰਦਾ, ਇੱਕ ਨਾਗਰਿਕ ਹੋਣ ਦੇ ਨਾਤੇ ਤੁਹਾਡੇ ਸਤੌਜ ਵਾਲੇ ਮਹਾਰਾਜ ਨੂੰ ਸਵਾਲ ਪੁੱਛੂੰਗਾ। ਭਗਤੋ ਹੁਣ ਕੰਧਾਂ ਟਕਰਾਉਣਾ ਮਾਰੋ, ਝੱਗ ਨਾ ਸਿੱਟਿਓ ਇੱਥੇ ਆ ਕੇ, ਝੱਗ ਸਿੱਟਣ ਦੀ ਤੁਹਾਡੀ ਬਹੁਤ ਆਦਤ ਆ, ਜੇ ਤੁਸੀਂ ਵੀ ਪਿਓ ਦੇ ਆ ਇੱਕ ਦੇ ਹੋ ਤਾਂ ਲਿਆਓ ਮਾਨ ਨੂੰ ਮੈਦਾਨ 'ਚ, ਅਸੀਂ ਤਿਆਰ ਹਾਂ, ਇਕੱਲਾ ਆਊਂਗਾ, ਸਾਰੀ ਚਾਹੇ ਆਪਣੀ ਆਹ ਜਿਹੜੇ ਤੇਰੇ IT ਸੈੱਲ ਵਾਲੇ ਸਕਸੈਨੇ ਵਰਗੇ ਆ, ਹੋਰ ਤੇਰੇ ਆਹ ਲਾਗੜ ਭੂੰਗੜ, ਆਹ ਤੇਰਾ ਮੂਸੇ ਵਾਲੇ ਦਾ ਕਾਤਲ ਪੰਨੂ, ਤੇਰਾ ਸਲਾਹਕਾਰ, ਜਿੰਨੇ ਤੇਰੇ ਸਲਾਹਕਾਰ ਜਿੰਨੇ ਮਰਜ਼ੀ ਬਿਠਾ ਲਈ, ਜਾਂ ਉਹਦੇ ਮੰਤਰੀ ਸੰਤਰੀ, ਜੋ ਤੇਰੀ ਕੈਬਨਿਟ ਆ, ਜੋ MLA ਤੇਰਾ, ਜੋ ਮਰਜ਼ੀ ਬਹਾ ਲਈ, ਤੈਨੂੰ ਖੁੱਲ੍ਹੀ ਛੁੱਟ ਹੋਊਗੀ, ਇਕੱਲਾ ਆਊਂਗਾ, ਜਮਾਂ ਇਕੱਲਾ, ਅੱਖ ਚੱਖ ਪਾ ਗੱਲ ਕਰੂੰਗਾ, ਜੇ ਹੈ ਹਿੰਮਤ, ਜੇ ਵਾਕਈ ਛੀਣੀ ਦਾ ਦੁੱਧ ਪੀਤਾ, ਜੇ ਵਾਕਈ ਅੰਦਰ ਕੋਈ ਕਣਕੰਡਾ ਹੈਗਾ, ਕੋਈ ਮਰਦਾਂ ਵਾਲੀ ਗੱਲ ਹੈਗੀ ਹੈ, ਤਾਂ ਮੈਦਾਨ 'ਚ ਤੇਰਾ ਸਮਾਂ, ਤੇਰੇ ਚੈਨਲ, ਤੇਰੀ ਜਗ੍ਹਾ, ਲਾ ਸੁਨੇਹਾ, ਮੈਂ ਆਉਣ ਨੂੰ ਤਿਆਰ ਹਾਂ। ਇੱਕ ਵੀ ਮੇਰੇ, ਮੈਂ ਫਿਰ ਕਹਿੰਦਾ, ਇੱਕ ਵੀ 11 ਦੇ ਵਿੱਚੋਂ ਇੱਕ ਵੀ ਸਵਾਲ ਦਾ ਮੇਰਾ ਜਵਾਬ ਦੇ ਜੀ, ਉਦੀ ਕਹਿ ਦੂੰਗਾ ਚੱਕੋ ਮਨ, ਅੱਜ ਤੋਂ ਬਾਅਦ ਤੇਰੇ ਖਿਲਾਫ਼ ਬੋਲਣਾ ਬੰਦ, ਕੋਈ ਸਿਆਸਤ ਨਹੀਂ ਕਰਨੀ, ਕੋਈ ਚੋਣ ਨਹੀਂ ਲੜਨੀ, ਅਸੀਂ ਜੋ ਕਰਨਾ ਕਰਾਂਗੇ, ਪਰ ਤੇਰੇ ਲਈ ਅਸੀਂ ਇੱਕ ਵੀ ਸ਼ਬਦ ਤੋਂ ਬਾਅਦ ਜਵਾਨ 'ਚੋਂ ਨਹੀਂ ਕੱਢਾਂਗੇ। ਪਰ ਮਿੱਤਰਾ ਇਹ ਗੱਲਾਂ ਚੱਲਣੀਆਂ ਨਹੀਂ, ਬਹੁਤ ਚਿਰ ਤੂੰ ਗੱਲਾਂ ਦਾ ਕੜਾਹ ਕੜੂ ਬਣਾ ਲਿਆ, ਬਹੁਤ ਚਿਰ ਹੋ ਗਿਆ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਨੂੰ, ਇਹ ਹੁਣ ਚੱਲਣ ਨਹੀਂ ਦੇਣਾ ਕੰਮ, ਅਸੀਂ ਆ ਜਾ ਜੇ ਹਿੰਮਤ ਆ ਤਾਂ ਆ ਫਿਰ ਮੈਂ ਇੱਕ ਦੇ ਹੱਥ ਮਾਰਦਾ, ਤੇਰੀ ਚੁਣੌਤੀ ਤੇਰਾ ਚੈਲੰਜ ਕਬੂਲ ਹੈ, ਆ ਜਾ ਮੈਦਾਨ 'ਚ ਜੇ ਹੁਣ ਆ ਸਕਦਾ ਤਾਂ, ਮੈਨੂੰ ਪਤਾ ਤੂੰ ਆਉਣਾ ਨਹੀਂ, ਤੇਰੇ ਭਗਤਾਂ ਨੇ ਗੱਲ ਚਲਾਉਣੀ ਹੈ, ਲੱਖਾ ਕੌਣ ਹੁੰਦਾ ਜੀ, ਲੱਖਾ ਕਿਵੇਂ ਸਵਾਲ ਪੁੱਛ ਲੂਗਾ ਜੀ, ਸਾਨੂੰ ਵੀ ਹੱਕ ਹੈ ਯਾਰ, ਜੇ ਤੁਸੀਂ ਪੁੱਛਦੇ ਰਹੇ ਹੋ ਆਮ ਬੰਦੇ ਬਣ ਕੇ ਸਰਕਾਰ ਨੂੰ ਘੇਰ ਕੇ, ਬਾਦਲਾਂ ਨੂੰ, ਕਾਂਗਰਸੀਆਂ ਨੂੰ ਸਵਾਲ ਜਵਾਬ ਪੁੱਛਦੇ ਰਹੇ, ਸਾਡਾ ਵੀ ਹੱਕ ਹੈ, ਅਸੀਂ ਵੀ ਪੁੱਛਣ ਵਾਲੇ ਹੈਗੇ ਹਾਂ, ਸਾਡਾ ਵੀ ਹੱਕ ਨਹੀਂ, ਅਸੀਂ ਪੰਜਾਬ 'ਚ ਨਹੀਂ ਰਹਿੰਦੇ, ਅਸੀਂ ਵੀ ਲੜਾਈ ਪੰਜਾਬ ਦੀ ਲੜ ਰਹੇ ਹਾਂ,
ਜੇ ਤੂੰ ਐਡਾ ਸੱਚਾ ਐਡਾ ਇਮਾਨਦਾਰ ਹੈ ਫਿਰ ਤੈਨੂੰ ਮੇਰੇ ਵਰਗੇ ਬੰਦੇ ਤੋਂ ਡਰਨ ਦੀ ਲੋੜ ਨਹੀਂ ਹੈਗੀ। ਸਿੱਧਾ ਕਿਹਾ ਵੀ ਆ ਲੱਖਿਆ ਬਾਜ ਹਿੱਕ 'ਚ ਮੈਂ ਤਿਆਰ ਹਾਂ, ਮੈਂ ਤੇਰੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਹਾਂ। ਪਰ ਮੁੱਦਿਆਂ ਦੀ ਸਿਆਸਤ 'ਤੇ ਆ ਮਿੱਤਰਾਂ, ਮੁੱਦਿਆਂ 'ਤੇ ਆ, ਇੱਧਰ ਉੱਧਰ ਲੋਕਾਂ ਨੂੰ ਭਜਾਈ ਫਿਰਦਾ, ਗਮਰਾਹ ਕਰੀ ਜਾਂਦਾ, ਕਦੇ ਬਾਦਲਾਂ ਨੂੰ ਕਹਿਤਾ, ਕਦੇ ਕਾਂਗਰਸੀਆਂ ਨੂੰ ਕਹਿਤਾ, ਕਦੇ ਬੀਜੇਪੀ ਨੂੰ ਕਹਿਤਾ, ਕਦੇ ਉਹਨੂੰ, ਕਦੇ ਇਹਨੂੰ, ਕਦੇ ਕਹਾਣੀ, ਕਦੇ ਚੁਟਕਲੇ, ਕਦੇ ਗੱਲਾਂ, ਕਦੇ ਬਾਤਾਂ, ਕਦੇ ਕੜਾਹ, ਕਦੇ ਕੁਛ, ਇਹ ਗੱਲਾਂ ਨਹੀਂ ਚੱਲਣੀਆਂ। ਮੈਨੂੰ ਪਤਾ ਤੂੰ ਨਹੀਂ ਆਉਣਾ ਕਿਉਂਕਿ ਤੇਰੇ ਕੋਲ ਗੱਲਾਂ ਹੈ, ਅਤੇ ਗੱਲਾਂ ਵਾਲੇ ਕਦੇ ਮੈਦਾਨ 'ਚ ਨਹੀਂ ਆਉਂਦੇ ਹੁੰਦੇ, ਉਹ ਫੇਸਬੁੱਕਾਂ ਦੇ ਉੱਤੇ ਬਹਿ ਕੇ ਗੱਲਾਂ ਮਾਰਨ ਵਾਲੇ ਹੁੰਦੇ ਆ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਸੋ ਤੇਰੀ ਚੁਣੌਤੀ ਕਬੂਲ ਆ, ਫਿਰ ਵੀ ਜੇ ਤੂੰ ਨਹੀਂ ਆਉਂਦਾ, ਜੇ ਤੂੰ ਨਹੀਂ ਆਉਂਦਾ, ਚੱਲ ਮੰਨ ਲਾ ਤੂੰ ਸਮਝਦਾ ਵੀ ਤੇਰਾ ਬਹੁਤ ਵੱਡਾ ਲੈਵਲ ਆ, ਤੂੰ ਪੰਜਾਬ ਦਾ ਮੁੱਖ ਮੰਤਰੀ ਆ ਭਾਈ, ਅਸੀਂ ਤਾਂ ਆਮ ਬੰਦੇ ਹਾਂ, ਠੀਕ ਆ, ਤੂੰ ਮੰਨਦਾ ਕਿ ਮੈਂ ਤੇਰੇ ਸਾਹਮਣੇ, ਤੂੰ ਕੌਣ ਹੁੰਦਾ ਮੈਂ ਤੇਰੇ ਸਾਹਮਣੇ ਕਿਉਂ ਬੈਠਾ ਆ ਕੇ, ਤੂੰ ਕੌਣ ਹੁੰਦਾ ਸਵਾਲ ਪੁੱਛਣ ਵਾਲਾ, ਤੇਰੇ ਹੋ ਸਾਰਾ ਤੇਰੇ ਮਨ 'ਚ ਹੋਵੇ, ਤੇਰੇ ਭਗਤਾਂ ਦੇ ਮਨ 'ਚ ਹੋਵੇ, ਲੱਖਾਂ ਕੌਣ ਹੁੰਦਾ ਪੁੱਛਣ ਵਾਲਾ, ਤਾਂ ਫਿਰ ਤੈਨੂੰ ਮੈਂ ਲੈ ਉਹ ਦੱਸਦਾ, ਤੈਨੂੰ ਮੈਂ ਇੱਥੇ ਦੱਸਦਾ ਨਾ ਮੇਰੇ ਕਿਹੜੇ ਸਵਾਲ ਹੈ। ਤੂੰ ਇਹਨਾਂ ਦੇ ਜਵਾਬ ਲਿਖ ਕੀ ਪਾ ਦੇ ਯਾਰ, ਆਪਣੀ ਫੇਸਬੁੱਕ 'ਤੇ, ਆਪਣੇ ਟਵਿੱਟਰ 'ਤੇ, ਆਪਣੇ ਕੋਈ ਹੋਰ ਇੰਸਟਾਗ੍ਰਾਮ ਦੇ ਉੱਤੇ ਤੂੰ ਲਿਖ ਕੀ ਪਾ ਦੇ। ਤੈਨੂੰ ਪਹਿਲਾਂ ਹੀ ਮੇਰਾ ਸਵਾਲ ਹੋਣਾ ਵੀ ਜਿਹੜਾ ਤੂੰ 50,000 ਕਰੋੜ ਦਾ ਕਰਜ਼ਾ ਚੱਕਿਆ, ਮੈਨੂੰ ਜਿਹੜਾ ਹਿਸਾਬ ਦੇ ਦੇ, ਪੰਜਾਬ ਨੂੰ ਹਿਸਾਬ ਦੇ ਦੇ, ਉਹ 50,000 ਕਰੋੜ ਰੁਪਇਆ ਲਾਇਆ ਕਿੱਥੇ ਹੈ, ਉਹ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਦੇ ਦੇ, ਲਿਖ ਕੇ ਪਾ ਦੇ। ਤੂੰ ਕਹਿੰਦਾ ਮੈਂ ਰਾਜਪਾਲ ਨੂੰ ਤਾਂ ਲਿਖ ਕੇ ਮੈਂ ਦੇ ਆਇਆ ਜੀ, ਪਰ ਪੰਜਾਬ ਦੇ ਲੋਕਾਂ ਨੂੰ ਤਾਂ ਪਾਰਦਰਸ਼ਤਾ ਚਾਹੀਦੀ ਨਾ, ਪੰਜਾਬ ਦੇ ਲੋਕਾਂ ਨੂੰ ਵੀ ਤਾਂ ਕੁਛ ਚਾਹੀਦਾ ਨਾ, ਉਹ ਲਿਖ ਕੇ ਪਾ ਦੇ। ਤੂੰ ਦੱਸ ਦੇ ਵੀ 50,000 ਕਰੋੜ ਰੁਪਇਆ 18 ਮਹੀਨਿਆਂ 'ਚ ਕਰਜ਼ਾ ਚੱਕ ਕੇ ਪੰਜਾਬ ਦੇ ਸਿਰ 'ਤੇ ਚਾੜਤਾ, ਉਹ ਪੈਸਾ 50,000 ਕਰੋੜ ਰੁਪਇਆ ਪੰਜਾਬ ਦੇ ਕਿਹੜੇ ਪ੍ਰੋਜੈਕਟ, ਕਿਹੜੇ ਵਿਕਾਸ 'ਤੇ ਲੱਗਿਆ, ਕਿਹੜੇ ਕੰਮਾਂ 'ਤੇ ਲੱਗਿਆ, ਇਹ ਪਾ ਦੇ। ਮੈਂ ਮੰਨ ਜੂੰਗਾ ਵੀ ਤੂੰ ਬੜਾ ਸੱਚਾ, ਮੈਂ ਮੰਨ ਜੂੰਗਾ। ਤੂੰ ਦੂਜੀ ਗੱਲ ਮੈਨੂੰ ਦੱਸ ਦੇ ਵੀ ਰਾਘਵ ਚੱਡਿਆਂ ਦੇ ਉੱਤੇ ਜਿਹੜਾ ਤੂੰ ਖਰਚਾ ਕੀਤਾ, ਮੰਗਣੇ ਦੇ ਖਰਚਾ, ਵਿਆਹ 'ਤੇ ਖਰਚਾ, 10-10 ਲੱਖ ਰੁਪਏ ਦਾ ਕਮਰਾ ਖਰੀਦਿਆ ਗਿਆ, ਪਹਿਲਾਂ ਕਪੂਰਥਲਾ ਹਾਊਸ ਤੇਰੇ ਘਰ ਦੇ ਵਿੱਚ, ਮੁੱਖ ਮੰਤਰੀ ਦੇ ਘਰ ਦੇ ਵਿੱਚ ਦਿੱਲੀ, ਉੱਥੇ ਮੰਗਣਾ ਹੋਇਆ ਰਾਘਵ ਚੱਡੇ ਦਾ, ਪੂਰਾ ਹਿਸਾਬ ਦੱਸ ਦੇ ਭਰਾਵਾ, ਉਹ ਕਿਹੜੇ ਖਾਤੇ ਪਾਏਗਾ। ਚਿੱਟਾ ਹੁਣ ਤਾਂ ਕਿਉਂ ਨਹੀਂ ਬੰਦ ਕਰ ਸਕਿਆ, ਮਾਮਾ ਦੇ ਪੁੱਤ ਰੋਜ਼ ਮਰਦੇ ਨੇ, ਤੂੰ ਆਮ ਗੱਲ ਕਹਿ ਕੇ ਆਇਆ ਸੀ ਕਿ ਅਸੀਂ ਚਿੱਟਾ 3 ਮਹੀਨਿਆਂ 'ਚ ਖਤਮ ਕਰ ਦਿਆਂਗੇ, ਇਹ ਚਿੱਟਾ ਸਰਕਾਰਾਂ ਬਕਾਉਂਦੀਆਂ ਨੇ। ਹੁਣ ਮੈਨੂੰ ਜਵਾਬ ਤਾਂ ਇੱਥੋਂ ਚਾਹੀਦਾ ਭਰਾਵਾ, ਜੇ ਸਰਕਾਰਾਂ ਚਿੱਟਾ ਬਕਾਉਂਦੀਆਂ ਸੀ ਹੁਣ ਤਾਂ ਤੇਰੀ ਸਰਕਾਰ ਹੈ, ਹੁਣ ਕਿਹੜੇ ਤੋਂ ਮਜੀਠੀਏ ਵਰਗੇ ਫੜ ਕੇ ਅੰਦਰ ਦੇ ਤੇ, ਜਿਹੜਾ ਕੇਜਰੀਵਾਲ ਦਾ ਮਜੀਠੀਏ ਤੋਂ ਮਾਫ਼ੀ ਮੰਗ ਕੇ ਗਿਆ, ਹੁਣ ਕਿਉਂ ਨਹੀਂ ਬੰਦ ਆਉਂਦਾ ਭਾਈ, ਹੁਣ ਤੇਰੀ ਕਿਹੜੀ ਮਜਬੂਰੀ ਹੈ ਜਾਂ ਤੇਰਾ ਕੋਈ ਹਿੱਸਾ ਉਹਨਾਂ ਨਾਲ, ਤੂੰ ਖੁਦ ਕਹਿੰਦਾ ਰਿਹਾ ਵੀ ਸਰਕਾਰਾਂ ਦੇ ਹਿੱਸੇ ਨੇ, ਮਜੀਠੀਆ ਵੇਚਦਾ ਬਕਾਉਂਦਾ, ਫਲਾਨਾ ਵੇਚਦਾ, ਫਲਾਨਾ ਬਕਾਉਂਦਾ, ਸਰਕਾਰ ਬਕਾਉਂਦੀ ਆ, ਹੁਣ ਕਿਹੜੀ ਸਰਕਾਰ ਬਕਾਉਂਦੀ ਹੈ ਭਾਈ, ਹੁਣ ਸਰਕਾਰ ਕਿਹਦੀ ਹੈ ਜੀ, ਹੁਣ ਤਾਂ ਸਰਕਾਰ ਸਤੌਜਲੇ ਮਹਾਰਾਜ ਦੀ ਹੈ, ਇਹਦਾ ਮਤਲਬ ਸਤੌਜਲਾ ਮਹਾਰਾਜ ਬਕਾਉਂਦਾ, ਇਹ ਤੇਰੇ ਹੋ ਬੋਲੇ ਹੋ ਸ਼ਬਦ ਨੇ, ਤੇਰੀਆਂ ਵੀਡੀਓ ਪਈਆਂ ਨੇ, ਲੋਕ ਸੁਣਦੇ ਨੇ ਰੋਜ਼। ਅੱਛਾ 34,000 ਨੌਕਰੀ ਤੂੰ ਕਿਹਾ, 34,000 ਨੌਕਰੀ ਅਸੀਂ ਦੇ ਤੀ, ਉਹਦੇ ਅੰਕੜੇ ਦੇ ਦੇ ਭਾਈ, 34,000 ਨੌਕਰੀ ਤੂੰ ਕਿਹੜੀ ਦਿੱਤੀ ਹੈ। ਨੌਜਵਾਨਾਂ ਦੇ NSA ਲਾਇਆ, ਤੂੰ ਲਾਇਆ, DC ਅੰਮ੍ਰਿਤਸਰ ਤੋਂ ਲਵਾਇਆ, ਡਿਬਰੂਗੜ੍ਹ ਜੇਲ੍ਹ ਸਿੱਟੇ, ਕਿਉਂ ਸਿੱਟੇ, ਇਹ ਪੰਜਾਬ ਦੀ ਜਵਾਨੀ ਆ, ਇਹ ਮੇਰੇ ਸਵਾਲ ਨਹੀਂ, ਇਹ ਪੰਜਾਬ ਦੇ ਉਹਨਾਂ ਜਿਹਨਾਂ ਨੂੰ ਕਹਿਣਾ ਮੈਂ ਜੀ 3.25 ਕਰੋੜ ਜੀ, 3 ਕਰੋੜ ਜੀ, 3.25 ਕਰੋੜ, 3.5 ਕਰੋੜ ਲੋਕਾਂ ਦਾ ਮੈਂ ਜੀ ਚੁਣਿਆ ਹੋਇਆ ਮੁੱਖ ਮੰਤਰੀ ਹੈ, ਇਹ ਉਹਨਾਂ ਦੇ ਸਵਾਲ ਆ ਭਰਾਵਾ। ਅਗਲਾ ਆ ਜਾ, ਬੇਅਦਬੀ ਦਾ ਇਨਸਾਫ ਦੇਤਾ, ਬੜਾ ਕਿੱਲ ਕਿੱਲ ਕੇ ਸਟੇਜਾਂ 'ਤੇ ਬੋਲਦਾ ਹੁੰਦਾ ਸੀ ਕਿ ਬੇਅਦਬੀ ਦਾ ਇਨਸਾਫ ਦੇ ਦਿਆਂਗੇ, 24 ਘੰਟਿਆਂ 'ਚ ਕਹਿੰਦਾ ਸੀ ਤੇਰਾ ਕੇਜਰੀਵਾਲ, 24 ਘੰਟਿਆਂ 'ਚ ਕਿ ਸਰਕਾਰ ਬਣਨ ਤੋਂ ਬਾਅਦ 24 ਘੰਟਿਆਂ 'ਚ ਬੇਅਦਬੀ ਇਨਸਾਫ ਹੋਊਗਾ, ਮਿਲ ਗਿਆ, 19 ਮਹੀਨੇ ਹੋ ਗਏ। ਅਗਲਾ ਆ ਜਾ, SYL ਦੇ ਉੱਤੇ ਤੇਰਾ ਦੋਗਲਾ ਸਟੈਂਡ ਹੈ, SYL ਦੇ ਉੱਤੇ ਤੇਰਾ ਦੋਗਲਾ ਸਟੈਂਡ ਹੈ, ਜਿਹੜਾ ਸਟੈਂਡ ਬਾਦਲਾਂ ਦਾ ਰਿਹਾ, ਜਿਹੜਾ ਸਟੈਂਡ ਕਾਂਗਰਸੀਆਂ ਦਾ ਰਿਹਾ, ਉਹ ਸਟੈਂਡ ਤੇਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ। ਇਹਦੇ ਸ਼ਬਦ ਸੁਣੋ ਯਾਰ, ਤੁਸੀਂ ਇਹਦੀ ਵੀਡੀਓ ਸੁਣੋ ਜਾ ਕੇ, ਇਹਦੇ ਪੇਜ 'ਤੇ ਜਾ ਕੇ, ਇਹ ਕਹਿੰਦਾ ਜੀ ਸਾਡੇ ਕੋਲ ਪਾਣੀ ਹੈ ਨਹੀਂ, ਇਹ ਤੁੱਕ ਨਹੀਂ ਕਿ ਸਾਡੇ ਕੋਲ ਪਾਣੀ ਹੈ ਨਹੀਂ, ਤੂੰ ਕਹਿੰਦਾ ਅਸੀਂ ਪਾਣੀ ਕਿਉਂ ਦੇਗੇ, ਪਾਣੀ ਪੰਜਾਬ ਦਾ ਹੈ, ਤੂੰ ਕੀ ਧਾਰਾ ਜਿਹੜੀ ਜਿਹੜਾ ਪੰਜਾਬ ਪੁਨਰ ਗਠਨ ਐਕਟ 1966 ਦੇ ਵਿੱਚ ਬਣਿਆ, ਜਦੋਂ ਪੰਜਾਬ ਨੂੰ ਦੁਬਾਰਾ ਵੱਢਿਆ ਟੁੱਕਿਆ ਗਿਆ 66 ਦੇ ਵਿੱਚ, ਪੰਜਾਬ ਦੇ ਵਿੱਚੋਂ ਹਰਿਆਣਾ ਦੇ ਹਿਮਾਚਲ ਨਿਕਲਿਆ, ਉਹ ਪੁਨਰ ਗਠਨ ਐਕਟ ਦੇ ਵਿੱਚ ਸੈਂਟਰ ਨੇ ਧੱਕੇ ਨਾਲ 78-80 ਧਾਰਾ ਜੋੜ ਲਈ, ਪੰਜਾਬ ਦੇ ਡੈਮਾਂ ਦੇ ਉੱਤੇ, ਪੰਜਾਬ ਦੇ ਪਾਣੀਆਂ ਦੇ ਉੱਤੇ ਕੰਟਰੋਲ ਕੇਂਦਰ ਨੇ ਕਰ ਲਿਆ। ਕੀ ਤੂੰ ਇਹ ਗੱਲ ਦੱਸ ਰਿਹਾ ਲੋਕਾਂ ਨੂੰ, ਜੇ ਲੜਾਈ ਲੜ ਰਿਹਾ ਕਿ ਧਾਰਾ 78-80 ਨੂੰ ਖਤਮ ਕਰਨਾ ਸੀ, ਸਾਡੀ ਲੜਾਈ ਉਹ ਹੈ ਕਿ ਸੈਂਟਰ ਕੌਣ ਹੁੰਦਾ ਸਾਡੇ ਡੈਮਾਂ ਦੇ ਉੱਤੇ, ਸਾਡੇ ਪਾਣੀਆਂ ਦੇ ਉੱਤੇ ਕਬਜ਼ਾ ਕਰਨ ਵਾਲਾ, ਨਹੀਂ ਤੂੰ ਕੀ ਪੰਜਾਬ ਦੇ ਪਾਣੀਆਂ ਦਾ ਕੇਸ ਜਿਹੜੀ ਅੰਤਰਰਾਸ਼ਟਰੀ ਅਦਾਲਤ ਹੈ ਉਹ 'ਚ ਲੈ ਕੇ ਜਾਏਗਾ, ਵੀ ਰਾਏਪੁਰ ਸਿਧਾਂਤਾਂ ਦੇ ਮੁਤਾਬਕ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ, ਪੰਜਾਬ ਮਰਦਾ ਹੈ, BBMP ਦੇ ਵਿੱਚੋਂ ਪੰਜਾਬ ਦੀ ਮੈਂਬਰਸ਼ਿਪ ਦਾਅਵੇਦਾਰੀ ਖਤਮ ਕਰ ਦਿੱਤੀ ਗਈ,
ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਰੂਲ ਲਾਗੂ ਕਰਤੇ, ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ 10 ਏਕੜ ਜ਼ਮੀਨ ਦੇ ਤੀ ਵੱਖਰੀ ਵਿਧਾਨ ਸਭਾ ਬਣਾਉਣ ਲਈ, ਤੇਰਾ ਉੱਥੇ ਕੀ ਸਟੈਂਡ ਆ? ਤੂੰ ਕੀ ਬੋਲਿਆ ਉੱਥੇ? ਕੀ ਲੜਾਈ ਲੜ ਰਿਹਾ ਦੱਸ? ਤੇਰੇ ਕੋਲ ਇੱਕ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਹੋਣਾ ਮਿੱਤਰਾ, ਨਹੀਂ ਹੋਣਾ। ਗੁੰਮਰਾਹ ਨਾ ਕਰ, ਧੋਖਾ ਨਾ ਕਰ ਪੰਜਾਬ ਦੇ ਲੋਕਾਂ ਨੂੰ। ਤੈਨੂੰ ਮੈਂ ਹੋਰ ਦੱਸ ਦਿੰਦਾ, ਰਾਜਸਥਾਨ ਦੇ MP ਦੇ ਨਾਲ ਮੇਰਾ ਅਗਲਾ ਸਵਾਲ ਹੋ, ਰਾਜਸਥਾਨ ਦੇ MP ਦੇ ਨਾਲ ਤੂੰ ਬਠਿੰਡੇ ਝੀਲਾਂ ਵਾਲਾ ਜਿਹੜਾ ਬਣਿਆ ਹੋਇਆ, ਇੱਥੇ ਝੀਲਾਂ ਦੇ ਉੱਤੇ ਬਠਿੰਡੇ ਰੈਸਟੋਰੈਂਟ ਜਿਹਾ ਬਣਿਆ ਹੋਇਆ, ਰੈਸਟ ਹਾਊਸ ਜਿਹਾ ਬਣਿਆ ਹੋਇਆ, ਉਹਦੇ ਵਿੱਚ ਰਾਜਸਥਾਨ ਦੇ MP ਦੇ ਨਾਲ ਤੂੰ ਹਨੂੰਮਾਨ ਕਿਹੜਾ, ਹਨੂੰਮਾਨ ਬੈਣੀਪਾਲ ਕਿਹੜਾ ਸੀ ਉਹਦੇ ਨਾਲ ਤੂੰ ਇੱਕ ਇੱਥੇ ਆ ਕੇ ਗੁਪਤ ਮੀਟਿੰਗ ਕਰਦਾ, ਅਤੇ 1500 ਕਿਊਸਕ ਪਾਣੀ ਤੂੰ ਰਾਜਸਥਾਨ ਨੂੰ ਹੋਰ ਦੇਣ ਦੀ ਹਾਮੀ ਭਰ ਦਿੰਦਾ, ਇਹਦਾ ਜਵਾਬ ਕੀ ਦੇਗਾ? ਤੂੰ ਕਹਿੰਦਾ ਮੈਂ ਪੰਜਾਬ ਦੇ ਪਾਣੀਆਂ ਦਾ ਰੱਖ ਹੈ, ਤੂੰ ਅੰਦਰ ਖਾਤੇ ਮੀਟਿੰਗਾਂ ਕਰਕੇ ਰਾਜਸਥਾਨ ਦੇ ਵਿੱਚ ਵੋਟਾਂ ਲੈਣ ਦੇ ਲਈ 1500 ਕਿਊਸਕ ਪਾਣੀ ਤੂੰ ਪੰਜਾਬ ਦਾ ਰਾਜਸਥਾਨ ਨੂੰ ਹੋਰ ਦੇਣ ਲਈ ਮਨਜ਼ੂਰ ਮੰਨ ਲੈਂਦਾ, ਹਾਮੀ ਭਰ ਦਿੰਦਾ, ਹਾਂ ਕਰ ਦਿੰਦਾ, ਇਹਦਾ ਜਵਾਬ ਕੌਣ ਦੇਊਗਾ? ਇਹ ਸਬੂਤ ਨੇ, ਇਹ ਔਨ ਰਿਕਾਰਡ ਗੱਲਾਂ ਨੇ, ਹਵਾ 'ਚ ਨਹੀਂ ਮੈਂ ਗੱਲਾਂ ਕਰਦਾ, ਮੇਰੇ ਕੋਲ ਸਾਰਾ ਕੁਛ ਪਿਆ ਹੋਊਗਾ, ਤੇਰੇ ਸਾਹਮਣੇ ਆ ਰੱਖੂੰਗਾ ਚਿੱਠੀਆਂ, ਵੀ ਆਹ ਦੇਖ ਫਲਾਨਾ ਦਿਨ ਫਲਾਨੀ ਤਰੀਕ ਇੰਨਾ ਸਮਾਂ ਆਹ ਜਗ੍ਹਾ ਤੇਰੀ ਫਲਾਨੇ ਫਲਾਨੇ ਬੰਦੇ ਨਾਲ ਮੀਟਿੰਗ ਹੋਈ, ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ, ਕਿਹੜੇ ਕਿਹੜੇ ਅਫਸਰ ਤੇਰੇ ਨਾਲ ਬੈਠੇ ਸੀ, 800 ਕਰੋੜ ਰੁਪਇਆ ਤੂੰ ਕਹਿੰਦਾ ਮੈਂ ਇੱਕ ਪੈਸਾ ਨਹੀਂ ਖਾਂਦਾ ਪੰਜਾਬ ਦਾ, ਦੇ ਜਵਾਬ, ਮੈਂ ਸਵਾਲ ਪੁੱਛ ਰਿਹਾ, ਤੈਨੂੰ ਇੱਥੇ ਪੁੱਛ ਰਿਹਾ, ਤੈਨੂੰ ਜਵਾਬ ਦਾ ਮੇਰੇ ਸਾਹਮਣੇ ਦਾ ਬੈਠਣ ਦੀ ਹਿੰਮਤ ਹੈ ਨਹੀਂ, ਤੈਨੂੰ ਮੈਂ ਫਿਰ ਕਹਿਣਾ, ਚੈਲੰਜ ਹੈ ਮੇਰਾ ਬਹਿ ਜੀ, ਤੈਨੂੰ 800 ਕਰੋੜ ਰੁਪਇਆ ਤੂੰ ਬਜਟ ਦੇ ਵਿੱਚ ਰੱਖਿਆ ਕਾਹਦੇ ਲਈ? ਇਸ਼ਤਿਹਾਰ ਦੇਣ ਲਈ, ਅਖਬਾਰਾਂ 'ਤੇ, UP ਬਿਹਾਰ ਰਾਜਸਥਾਨ ਗੁਜਰਾਤ ਹਿਮਾਚਲ ਦੇ ਅਖਬਾਰਾਂ 'ਚ, ਚੈਨਲਾਂ 'ਤੇ ਇਸ਼ਤਿਹਾਰ ਦੇਣ ਲਈ, ਬੋਰਡਾਂ ਦੇ ਉੱਤੇ ਖਰਚਾ ਕਰਨ ਲਈ ਆਪਣੀਆਂ ਫੋਟੋਆਂ, ਕੇਜਰੀਵਾਲ ਦੀਆਂ ਫੋਟੋਆਂ ਥਾਂ ਥਾਂ ਤੂੰ ਲਾਈ ਬੈਠਾ, ਕਈ ਹਜ਼ਾਰਾਂ ਰੁਪਈਆਂ ਦਾ ਇੱਕ ਬੋਰਡ ਪੈਂਦਾ, ਕਿਰਾਏ 'ਤੇ ਲੈ ਕੇ ਬੋਰਡ ਤੂੰ ਚੰਡੀਗੜ੍ਹ ਮੋਹਾਲੀ ਦੇ ਵਿੱਚ ਕਿਰਾਏ 'ਤੇ ਲੈ ਕੇ ਬੋਰਡ ਤੂੰ ਲਾਏ ਆ, ਉਹਨਾਂ ਦੇ ਫੋਟੋਆਂ ਲਾਈਆਂ ਸਿਰਫ ਆਪਣੀਆਂ, ਤੂੰ ਤੁਰਿਆ ਉਹਨਾਂ ਦੇ, ਕੇਜਰੀਵਾਲ ਤੁਰਿਆ ਉਹਨਾਂ ਦਾ, ਦੋਵੇਂ ਫੋਟੋਆਂ ਨੇ ਜਾ ਕੇ ਦੇਖ ਲਿਓ, ਉਹਦਾ ਜਵਾਬ ਕੀ ਦੇਵੇਗਾ? ਤੂੰ ਕਈ ਕਰੋੜਾਂ ਰੁਪਇਆ ਦੇ ਕੇ ਮੀਡੀਆ ਖਰੀਦ ਕੇ ਉਹਨਾਂ ਨੂੰ ਜੁੱਤੀ 'ਚ ਟਣ ਲਾ ਲਿਆ, ਜਿਹੜਾ ਤੇਰੀ ਜੁੱਤੀ ਚੜ੍ਹਦਾ, ਪੈਰਾਂ 'ਤੇ ਆ ਕੇ ਤੇਰੇ ਜੀਭ ਮਾਰਦੇ, ਤਲੀਆਂ ਚੜ੍ਹਦੇ ਤੇਰੀਆਂ, ਕੋਈ ਪੰਜਾਬ ਦੀ ਗੱਲ ਨਹੀਂ ਕਰਦੇ, ਕੋਈ ਪੰਜਾਬ ਦੀ ਅਸਲ ਪੱਖ ਨਹੀਂ ਪੰਜਾਬ ਦਾ ਪੇਸ਼ ਕਰਦੇ, ਕਿਸੇ ਇਸ ਕੌਲੀ ਜੱਟ ਦਲਾਲ ਮੀਡੀਆ ਕੋਲ ਹਿੰਮਤ ਨਹੀਂ ਹੈਗੀ ਜਦੋਂ ਤੇਰੇ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਸਾਹਮਣੇ ਤੈਨੂੰ ਸਵਾਲ ਪੁੱਛ ਲੈਣ, ਕੋਈ ਨਹੀਂ ਪੁੱਛਦਾ, ਉਹ ਸਕ੍ਰਿਪਟ ਤਿਆਰ ਕਰਦਾ ਤੂੰ ਵੀ ਆਹ ਸਵਾਲ ਪੁੱਛਣੇ ਆ, ਆਹ ਨਹੀਂ ਪੁੱਛਣੇ, ਆਹ ਪੁੱਛਣੇ, ਆਹ ਨਹੀਂ ਪੁੱਛਣੇ, ਜੇ ਪੁੱਛੇ ਤਾਂ ਤੁਸੀਂ ਆਊਟ ਹੋਵੋਗੇ, ਜਿਹੜੇ ਚੈਨਲਾਂ ਨੇ ਤੈਨੂੰ ਸਵਾਲ ਕੀਤੇ, ਜਿਹੜੇ ਪੱਤਰਕਾਰਾਂ ਨੇ ਤੈਨੂੰ ਸਵਾਲ ਕੀਤੇ, ਤੇਰੀਆਂ ਸਾਰੀਆਂ ਜੱਗ ਜਾਹਰ ਕੀਤੀਆਂ ਗੱਲਾਂ, ਉਹਨਾਂ 'ਤੇ ਤੂੰ ਪਰਚੇ ਦਰਜ ਕਰਾਏ, ਚੈਨਲ ਬੰਦ ਕਰਾਏ, ਥਾਣਿਆਂ 'ਚ ਲਿਜਾ ਕੇ ਜਲੀਲ ਕਰਾਇਆ, ਅੰਦਰ ਵੀ ਬੰਦ ਕਰਾਏ, ਹੈ ਜਵਾਬ? ਤੁਸੀਂ ਕਹਿੰਦਾ ਸਾਡਾ ਸਿਸੋਦੀਆ ਫੜ ਲਿਆ, ਸਾਡਾ ਸੰਜੇ ਸਿੰਘ ਫੜ ਲਿਆ, ਵਾਹ ਤੁਹਾਡੇ ਇਨਕਲਾਬੀਓ, ਤੁਹਾਡੇ ਫੜ ਲਿਆ, ਚੀਕਾਂ ਮਾਰਦੇ ਹੋ ਕਿ ਇਹ ਬਦਲਾਖੋਰੀ ਹੈ, ਸਿਆਸੀ ਰੰਜਿਸ਼ ਹੈ, ਖਹਿੜਾ ਫੜ ਕੇ ਅੰਦਰ ਦੇ ਤਾਂ ਇਨਕਲਾਬ ਹੈ, ਆਹ ਮੇਰੇ ਤਰਨ ਤਾਰਨ ਪਰਚਾ ਚਿੱਟੇ ਦਾ ਇਹ ਇਨਕਲਾਬ ਹੈ, 3 ਪਰਚੇ ਮੇਰੇ ਪੁਰਾਣੇ ਖੋਲੀ ਬੈਠਾ, ਮੈਨੂੰ ਫੜਨ ਨੂੰ ਫਿਰਦਾ, ਆਥਣੇ ਲਾ ਕੇ ਪੈ ਗਏ ਅਫਸਰ ਨੂੰ ਫੋਨ ਖੜਕਾ ਦਿੰਦਾ ਘੰਟੀ ਕਿ ਲੱਖੇ ਦਾ ਕੀ ਹੱਲ ਕਰ ਗਏ, ਫੜ ਕੇ ਅੰਦਰ ਦੇ ਹੋ ਜਾ ਰਹੇ ਨੂੰ, ਇਹ ਤੇਰਾ ਕੰਮ ਹੈ, ਫੜ ਲਾ, ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ, ਫੜ ਲਾ, ਪਰ ਜਿੰਨਾ ਚਿਰ ਜਿਉਣਾ ਨਾ ਆਵਾਜ਼ ਨਹੀਂ ਬੰਦ ਕਰ ਸਕਦਾ ਤੂੰ, ਇਹ ਨਹੀਂ ਦਬਣੀ, ਇਹ ਨਾ ਦਬੀ ਅਤੇ ਨਾ ਦੌੜੀ ਹੈ, ਇਹ ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਮਿੱਟੀ 'ਚ ਜੰਮੇ ਹਾਂ, ਪੰਜਾਬ ਦਾ ਖਾਂਦੇ ਹਾਂ, ਪੰਜਾਬ ਲਈ ਜਿਉਂਦੇ ਹਾਂ, ਪੰਜਾਬ ਲਈ ਮਰਨਾ ਹੈ, ਇੱਕੋ ਹੀ ਇਰਾਦਾ ਹੈ, ਭੁੱਲ ਜਾ ਜੇ ਤੂੰ ਐਂ ਪਰਚਿਆਂ ਪੁਰਚਿਆਂ ਨਾਲ ਡਰਾ ਲਏਗਾ, ਜੇਲ੍ਹਾਂ ਡਰਾ ਲਏਗਾ, ਨਹੀਂ ਹੋਣਾ। ਸੋ ਇਹ ਗੱਲਾਂ ਜਿਹੜੀਆਂ ਤੂੰ ਕਹਿਣਾ ਕਿ ਮੈਂ VIP ਕਲਚਰ ਖਤਮ ਕਰਨ ਲਈ ਅਸੀਂ ਆਏ ਸੀ, VIP ਕਲਚਰ ਨਹੀਂ ਹੋਊਗਾ, ਕੇਜਰੀਵਾਲ ਵੀ ਤੂੰ ਵੀ ਬੋਲਦਾ ਹੁੰਦਾ ਸੀ, ਨਾ ਜੀ ਵੱਡੀ ਗੱਡੀ ਰੱਖਾਂਗੇ ਜੀ, ਗੱਡੀਆਂ ਰੱਖਾਂਗੇ, ਨਾ ਵੱਡਾ ਬੰਗਲਾ ਹੋਊਗਾ ਜੀ, ਨਾ ਅਸੀਂ ਫਾਲਤੂ ਖਰਚਾ ਕਰਾਂਗੇ, ਨਾ ਵਾਧੂ ਗਨਮੈਨ ਰੱਖਾਂਗੇ। ਅੱਜ ਸਭ ਤੋਂ ਵੱਧ ਗਨਮੈਨ 1250 ਤੇਰੇ ਨਾਲ ਚੱਲਦਾ, ਸਭ ਤੋਂ ਵੱਧ ਗੱਡੀਆਂ ਦਾ ਕਾਫਲਾ ਤੇਰੇ ਨਾਲ ਚੱਲਦਾ, ਹੁਣ ਤੱਕ ਜਿੰਨੇ ਮੁੱਖ ਮੰਤਰੀ ਰਹੇ ਨੇ ਉਹਨਾਂ ਤੋਂ ਜ਼ਿਆਦਾ ਸਭ ਤੋਂ ਵੱਧ ਤੇਰੇ ਨਾਲ ਚੱਲਦਾ। VIP ਕਲਚਰ ਜਿਹਨੂੰ ਕਹਿੰਦੇ ਹਾਂ ਆਪਾਂ, ਸਤਾਜ ਵਾਲਿਓ, ਤੁਸੀਂ ਕਹਿੰਦੇ ਸੀ ਇਕੱਲੇ ਆ ਕੇ ਦਿਖਾਓ ਢਾਬਿਆਂ, ਇੱਥੇ ਅੱਡਿਆਂ 'ਚ, ਸੱਥਾਂ 'ਚ, ਹੁਣ ਤੂੰ ਆ ਜਾ, ਤੇਰੀ ਵੀ ਲੋਕ ਉਡੀਕ ਕਰ ਰਹੇ ਹੈ। ਤੂੰ ਕਹਿੰਦਾ ਮੈਂ ਇੱਕ ਪੈਸਾ ਨਹੀਂ ਖਾਂਦਾ ਪੰਜਾਬ ਦਾ, ਮੇਰਾ ਸਵਾਲ ਹੈ, ਦੇ ਜਵਾਬ, ਤੂੰ ਕਹਿੰਦਾ ਮੈਂ ਇੱਕ ਪੈਸਾ ਨਹੀਂ ਖਾਂਦਾ ਪੰਜਾਬ ਦਾ, ਤੂੰ ਕਹਿੰਦਾ 10 ਏਕੜ ਮੇਰੇ ਕੋਲ ਪੈਲੀ ਆ, ਫਿਰ ਭਾਈ ਸਾਹਿਬ ਤੁਹਾਡੀ ਧਰਮ ਪਤਨੀ ਕੋਲੇ 1.5 ਕਰੋੜ ਦੀ ਮੁੰਦਰੀ ਕਿੱਥੋਂ ਆ ਗਈ? ਤੁਹਾਡੀ ਧਰਮ ਪਤਨੀ ਕੋਲੇ ਜਿਹੜੇ ਪਾਏ ਹੋਏ ਸੈਂਡਲ ਨੇ ਤੇ ਸੂਟ ਨੇ ਉਹ ਲੱਖਾਂ ਦੇ ਕਿੱਥੋਂ ਆ ਗਏ ਜਨਾਬ? ਤੁਹਾਡੇ ਪਾਈ ਹੋਈ ਜੈਕਟ ਉਹ ਲੱਖਾਂ ਦੀ ਹੈ, ਤੁਹਾਡੇ ਪਾਏ ਹੋਏ ਬੂਟ ਉਹ ਵੀ ਲੱਖਾਂ ਦੇ ਆ, ਉਹ ਕਿੱਥੋਂ ਆ ਗਏ ਜਨਾਬ? ਤਨਖਾਹ ਤਾਂ 1 ਲੱਖ ਰੁਪਇਆ ਹੋਊ ਮਹੀਨੇ ਦੀ ਮੁੱਖ ਮੰਤਰੀ ਦੀ, 2.5 ਲੱਖ ਹੋਊ,
ਤੁਸੀਂ ਕਹਿ ਰਹੇ ਹੋ ਉਸਤਾਦ ਵਾਲੇ ਹੋ ਕਿ ਅਸੀਂ ਰੁਪਈਆ ਨਹੀਂ ਖਾਂਦੇ, ਫਿਰ ਇਹ ਕਿੱਥੋਂ ਆ ਗਿਆ, ਇਹ ਤਾਮ ਝਾਮ ਕਿੱਥੋਂ ਆਇਆ ਇੰਨਾ? ਤੁਸੀਂ ਕਹਿੰਦਾ ਹਰਸਿਮਰਤ ਕੋਲ ਇੰਨਾ ਸਿਆਉਣਾ ਸੀ, ਫਲਾਣੇ ਕੋਲ ਇੰਨਾ ਗਹਿਣੇ ਸੀ, ਇਹ ਤੁਹਾਡੇ ਕੋਲ ਕਿੱਥੋਂ ਆ ਗਏ ਜੀ? ਇਹ ਵੀ ਸਵਾਲ ਹੈ ਮੇਰਾ, ਜੋੜੀ ਚੱਲਿਓ। 11 ਸਵਾਲ ਨੇ, 11 ਤੋਂ ਵੱਧ ਮੈਂ ਕੋਈ ਤੈਨੂੰ ਸਵਾਲ ਨਹੀਂ ਕਰਨਾ ਮਿੱਤਰਾ, 11 ਹੀ ਸਵਾਲ ਕਰਨੇ ਆ ਤੈਨੂੰ। ਇਸ ਕਰਕੇ ਤੂੰ ਸੋ ਪੰਜਾਬੀਓ, ਜਿਹੜੇ ਵਿਚਾਰੇ ਹੁਣ ਤੁਸੀਂ ਸੱਜਣ ਜੁੜੇ ਹੋਵੋਗੇ, ਸੋ ਦੁਬਾਰਾ ਦੱਸ ਦਿੰਦਾ ਕਿ ਸਤੌਜ ਵਾਲੇ ਮਹਾਰਾਜ ਨੇ ਅੱਜ ਇੱਕ ਆਪਣੀ ਫੇਸਬੁੱਕ 'ਤੇ ਲਿਖ ਕੇ ਪਾਇਆ ਕਿ ਮੈਂ ਚੁਣੌਤੀ ਦਿੰਦਾ ਖੈ ਆਪਣੇ ਨੂੰ ਬਾਦਲਾਂ ਨੂੰ, ਮੈਂ ਚੁਣੌਤੀ ਦਿੰਦਾ ਬਾਜਵੇ ਨੂੰ, ਮੈਂ ਚੁਣੌਤੀ ਦਿੰਦਾ ਰਾਜੇ ਵੜਿੰਗ ਨੂੰ, ਮੈਂ ਚੁਣੌਤੀ ਦਿੰਦਾ ਸੁਖਬੀਰ ਬਾਦਲ ਨੂੰ ਅਤੇ ਆਪਣੇ ਜਿਹੜਾ ਜਾਖੜ ਨੂੰ ਬੀਜੇਪੀ ਵਾਲੇ ਨੂੰ, ਵੀ ਭਾਈ ਆ ਜਾਓ। 1 ਤਰੀਕ ਦਾ ਟਾਈਮ ਰੱਖਿਆ ਸਤੌਜ ਵਾਲੇ ਮਹਾਰਾਜ ਨੇ ਕਿ ਤੁਸੀਂ ਪਾਣੀਆਂ 'ਤੇ, ਬਾਣੀ ਦੇ ਮਸਲੇ 'ਤੇ, ਪਾਣੀ ਦੇ ਮਸਲੇ 'ਤੇ, ਰੇਤੇ ਦੇ ਮਸਲੇ 'ਤੇ, ਕੁੱਲ ਚੀਜ਼ 'ਤੇ ਕਹਿੰਦਾ ਮੈਂ ਤੁਹਾਡੇ ਨਾਲ ਬਹਿਸ ਕਰਨ ਨੂੰ, ਡਿਬੇਟ ਕਰਨ ਨੂੰ ਤਿਆਰ ਹੈ, ਚੈਨਲਾਂ ਦੇ ਉੱਤੇ ਲਾਈਵ ਬੈਠ ਕੇ ਪੰਜਾਬੀਆਂ ਦੇ ਸਾਹਮਣੇ। ਇਹ ਅੱਜ ਸਤੌਜ ਵਾਲੇ ਮਹਾਰਾਜ ਨੇ ਆਪਣਾ ਇੱਕ ਟਵੀਟ ਕੀਤਾ ਸੀ। ਸੋ ਮੈਂ ਉਸ ਟਵੀਟ ਦਾ ਜਵਾਬ ਦਿੱਤਾ ਕਿ ਜੇ ਹਿੰਮਤਾ, ਜੇ ਮੈਂ ਫਿਰ ਕਹਿਣਾ ਕੋਈ ਹੈ ਅੰਦਰ ਕਣ ਕੰਡਾ ਮਰਦਾਂ ਵਾਲਾ, ਯੁਰਤ ਰੱਖਦਾ ਸਤੌਜ ਵਾਲਿਆ, ਆ ਸਭ ਕੁਛ ਤੇਰਾ ਹੋਊਗਾ, ਮੈਂ ਆਊਂਗਾ, ਜਦੋਂ ਮਰਜ਼ੀ ਬੁਲਾ ਲਈ, ਰੱਖ ਗੱਲਾਂ ਜਿਹੜੀਆਂ ਰੱਖਣਾ ਚਾਹੁੰਦਾ, ਮੇਰੇ ਤੋਂ ਸਵਾਲ ਪੁੱਛਣਾ ਚਾਹੁੰਦਾ ਪੁੱਛ, ਅਤੇ ਮੈਨੂੰ ਮੇਰੇ ਆਹ ਜਿਹੜੇ ਸਵਾਲ ਤੈਨੂੰ ਪੁੱਛੇ ਹੈ ਇਹੀ ਹੋਣੇ ਹੈ। ਤੱਥ ਲੈ ਕੇ ਆਊਂਗਾ ਤੇਰੇ ਕੋਲ, ਚਿੱਠੀਆਂ ਲੈ ਕੇ ਆਊਂਗਾ, ਸਰਕਾਰੀ ਦਸਤਾਵੇਜ਼ ਹੋਣਗੇ ਉਹ ਲੈ ਕੇ ਆਊਂਗਾ ਤੇਰੇ ਕੋਲ, ਉਹ ਤੈਨੂੰ ਦਿਖਾਊਂਗਾ ਵੀ ਆਹ ਤੇਰੀ ਸਰਕਾਰ ਦੀ ਕਾਰਗੁਜ਼ਾਰੀ ਆ, ਆਹ ਤੇਰੇ ਤੱਥ ਨੇ, ਆਹ ਸਬੂਤ ਨੇ, ਆਹ ਗੱਲਾਂ ਭਾਈ ਬੋਲਦੀਆਂ। ਸਵਾਲ ਤਾਂ ਬਹੁਤ ਨੇ, ਸਵਾਲ ਤਾਂ ਘੱਟੋ ਘੱਟ 200 ਸਵਾਲ ਹੋਣਾ ਤੇਰੀ ਸਰਕਾਰ ਜਿਹੜਾ ਪੁੱਛਦਾ, ਪਰ ਤੈਨੂੰ ਮੋਟੇ ਮੋਟੇ ਮੈਂ 11 ਸਵਾਲ ਪੁੱਛਣੇ ਆ, 12ਵਾਂ ਨਹੀਂ ਪੁੱਛਦਾ। 5.5 ਮਿੰਟ ਦਾ ਵਕਤ ਲਊਂਗਾ, 6 ਮਿੰਟ ਤੇਰਾ ਲੈਂਦਾ ਨਹੀਂ, ਤੈਨੂੰ 5 ਘੰਟੇ, 50 ਘੰਟੇ ਜੇ 500 ਘੰਟਾ ਲੈ ਲਈ, ਜੇ ਹਿੰਮਤ ਆ ਤਾਂ ਆ ਜਾ ਭਗਤ ਫਰਾਜ। ਹੁਣ ਕਹੋ ਤੁਹਾਡੇ ਸਟੋਲ ਵਾਲੇ ਨੂੰ ਪਾਓ ਪੋਸਟਾਂ ਪਾਸਟਾਂ, ਲਿਆਓ ਮਾੜਾ ਜਿਹਾ ਲੀਹ 'ਤੇ ਲੈ ਕੇ ਆਓ ਕਿ ਸਟੋਲ ਵਾਲੇ ਉਹ ਆਓ, ਲੱਖਾ ਆ ਗਿਆ ਮੈਦਾਨ 'ਚ, ਦਿਓ ਜਵਾਬ। ਇਹ ਨਾ ਕਹਿ ਦਿਓ ਹੁਣ ਲੱਖਾ ਕੌਣ ਹੁੰਦਾ, ਮੈਂ ਵੀ ਭਰਾਵਾ ਚੋਣ ਲੜੀ ਸੀਗੀ ਅਤੇ ਮੈਨੂੰ ਵੀ 38,000 ਲੋਕਾਂ ਨੇ ਤਸਲੀਮ ਕੀਤਾ, ਪਿਆਰ ਦਿੱਤਾ, ਸਾਥ ਦਿੱਤਾ, ਉਹਨਾਂ 30,000 ਬੰਦੇ ਨੇ ਤਾਂ ਮੈਨੂੰ ਸਮਝਿਆ ਹੀ ਹੈ ਕਿ ਮੈਂ ਕੁਛ ਹੈਗਾ ਭਰਾਵਾ। ਉਹਨਾਂ ਦੀ ਤਰਫੋਂ ਮੰਨ ਲਿਓ, ਕਿਸੇ ਪਾਸਿਓਂ ਵੀ ਮੰਨ ਲਿਓ, ਇੱਕ ਆਮ ਪੰਜਾਬੀ ਹੋਣ ਦੇ ਨਾਤੇ ਮੰਨ ਲਿਓ, ਇੱਕ ਆਮ ਨਾਗਰਿਕ ਹੋਣ ਦੇ, ਹਰ ਨਾਗਰਿਕ ਦਾ ਫਰਜ਼ ਹੈ ਸਵਾਲ ਪੁੱਛਣ ਦਾ। ਇਹਨਾਂ ਨੂੰ ਖੁੱਲ੍ਹੀ ਚੁਣੌਤੀ ਹੈ, ਜਿਹਨੂੰ ਮਰਜ਼ੀ ਲਿਆਉਣ, ਮੈਂ ਬੈਠਣ ਨੂੰ ਤਿਆਰ ਹਾਂ। ਸੋ ਭੱਜੀ ਨਾ ਮਾਨਾ, ਪਰ ਜੇ ਤੂੰ ਹੁਣ ਭੱਜ ਗਿਆ ਫਿਰ ਤੇਰੀ ਲੋਕਾਂ ਨੇ ਕਿਸੇ ਗੱਲ 'ਤੇ ਵਿਸ਼ਵਾਸ ਨਹੀਂ ਕਰਨਾ ਕਿ ਤੂੰ ਗੱਲਾਂ ਵਾਲਾ ਹੀ ਹੈ, ਪੱਲੇ ਤੇਰੇ ਕੱਢਣ ਪਾਉਣ ਨੂੰ ਕੱਖ ਨਹੀਂ। ਸੋ ਆ ਜਾ, ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।